ਥੋੜਾ ਫੱਕਾ ਵਜੀਆ ਫੱਕਾ ਮਾਰੇ ਚੱਕਰ ਪੇ ਵੀ ਸਾਰਾ ਫੱਕਾ ਲੱਗਾ ਅਦਰ ਬਈ ਹੈ ਕਿ ਵਟ ਇਜ਼ ਦਿਸ ਮਗਾਈ ਉੜੀ ਹਿੰਦੁਸਤਾਨ 'ਚ ਮਗਾਈ ਇੱਥੇ ਮਗਾਈ ਨੇ ਸਾਰਾ ਬਿਲਕੁਲ ਖਤਮ ਕੀਤੀ ਅਸ ਕਿਸੇ ਪਾਰਟੀ ਗੀ ਖਤਮ ਕਰਨੇ ਵਾਸਤੇ ਖਤਮ ਦਿਖਣੇ ਵਾਸਤੇ ਨਹੀਂ ਜਾਂਦੇ ਅਸਾਂ ਨੇ ਪਾਰਟੀਆਂ ਆਪੋਜੀਸ਼ਨਾਂ ਹਮੇਸ਼ਾ ਰਹਿਣੀਆਂ ਚਾਹੀਦੀਆਂ ਤਾਂ ਕਿ ਇੱਕ ਦੂਸ ਆਦਮੀ ਕਲੈਰਟੀ ਆਉਂਦੀ ਲੇਕਿਨ ਇਹ ਆਪੂ ਨੇ ਰਹੀ ਨਾ ਕਿਸੇ ਅੱਗੇ ਗਲੈਂਟੀ ਦੇਣੀ ਹੈ ਇਸ ਕਰੀਏ ਮੈਂ ਗਲਾਂ ਕਿ ਇਹ ਜਿਹੜਾ ਅੱਜ ਤੁਸੀਂ ਅਸਾਂ ਤਕਲੀਫ ਦਿੱਤੀ ਹੈ ਸਾਰੇ ਕਹਿੰਦੇ ਸਪੋਰਟ ਕਰੋ ਤੁਹਾਡੀ ਮਦਦ ਚਾਹੁੰਦੇ ਹਾਂ ਸਪੋਰਟ ਕਰੋ ਜੰਮੂ ਦੀ ਮਦਦ ਕਰੋ ਔਰ ਜੰਮੂ ਦੇ ਜਿਹੜੇ ਇਸ਼ੂਜ਼ ਲਈ ਅਸੀਂ ਚੱਲੇ ਹਾਂ ਉਸ ਬੱਚੀ ਦਾ ਸੀਵੇ ਇਨਕੁਆਇਰੀ ਦਾ ਔਰ ਜਿਹੜੇ ਮੁੱਦੇ ਅਸਾਂ 25 ਪ੍ਰੋਗਰਾਮ 5 ਨਿਕਾਤੀ ਜਾਂ ਵਿਜ਼ਨ ਡਾਕੂਮੈਂਟ ਦਿੱਤਾ ਹੈ ਚਾਹੇ ਤਾਂ ਸਾਡੀਆਂ ਸੀਟਸ ਦਾ ਮਸਲਾ ਹੈ ਔਰ ਕਸ਼ਮੀਰ ਚਾਹੇ ਚੀਫ ਮਿਨਿਸਟਰ ਦਾ ਮਸਲਾ ਹੈ ਰੋਟੇਸ਼ਨਲ ਚੀਫ ਮਿਨਿਸਟਰ ਹੋਣਾ ਅਸ ਚਾਹੁੰਦੇ ਹਾਂ ਇੱਕ ਟਰਮ ਜੰਮੂ ਇੱਕ ਟਰਮ ਕਸ਼ਮੀਰ ਔਰ ਕਾਂਸਟੀਟਿਊਸ਼ਨਲ ਹੋਣਾ ਚਾਹੀਦਾ ਇਹ ਨਹੀਂ ਅਨਕਾਂਸਟੀਟਿਊਸ਼ਨਲੀ ਬਣਾਈ ਉੜਿਆ ਤੁਸੀਂ ਡਿਪਟੀ ਸੀ ਐਮ ਕਾਂਸਟੀਟਿਊਸ਼ਨਲ ਹੁੰਦਾ ਹੀ ਨਹੀਂ ਤਾਂ ਇਹਾਂ ਉਹਨੇ ਪਤਾ ਹੁੰਦਾ ਇਹ ਕਾਂਸਟੀਟਿਊਸ਼ਨਲ ਪੋਸਟ ਹੀ ਆ ਉਹਦੇ ਦੁਨੀਆ ਅਫਸਰ ਵੀ ਮੌਜੂਦ ਬਣਦਾ ਇੰਜਾਂ ਵੀ ਬਣਦਾ ਤਾਂ ਸੱਤਿਆਨਾਸ਼ ਹੋ ਜਾਂਦਾ ਇਹ ਮਗਰ ਫਿਰ ਨਹੀਂ ਥੋੜ੍ਹੇ ਰੱਖਣੇ ਕਾਂਸਟੀਟਿਊਸ਼ਨਲ ਪੋਸਟ ਮੀਨ ਕਾਂਸਟੀਟਿਊਸ਼ਨਲ ਔਰ ਇਹ ਤਿੰਨੇ ਪੋਸਟਾਂ ਕਾਂਸਟੀਟਿਊਸ਼ਨਲ ਬਣ ਡਿਪਟੀ ਸੀ ਐਮ ਜੰਮੂ ਬਣ ਡਿਪਟੀ ਸੀ ਐਮ ਕਸ਼ਮੀਰ ਐਂਡ ਬਣ ਸੀ ਐਮ ਰੋਟੇਸ਼ਨਲ ਇੱਕ ਟਰਮ ਜੰਮੂ ਇੱਕ ਟਰਮ ਕਸ਼ਮੀਰ ਅੱਜ ਗਲਾਨੇ ਆ ਇੱਕ ਟਰਮ ਪਹਿਲੀ ਟਰਮ ਜੰਮੂ ਦਿੱਤੀ ਜਾ ਕਿ ਕਿੰਨੇ ਸਾਲ ਹੋਈ ਆ ਜੰਮੂ ਦੇ ਅਸੀਂ ਪਿਆਲੀ ਅਸ ਜੰਮੂ ਦੀ ਕਸ਼ਮੀਰ ਦੀ ਕੋਈ ਚੀਜ਼ ਨਹੀਂ ਲੈਣਾ ਚਾਹੁੰਦੇ ਅਗਰ ਇੱਧਰ ਏਮਸ ਇੱਕ ਬਣਾ ਇੱਕ ਏਮਸ ਉੱਧਰ ਬਣਾ ਦਾ ਅਗਰ IIT IIM ਇੱਕ ਉੱਧਰ ਸੈਂਟਰਲ ਯੂਨੀਵਰਸਿਟੀ ਇੱਕ ਉੱਧਰ ਜੇ ਸਾਰੇ ਇਸ਼ੂ ਇੱਕ ਇੱਕ ਕਰੀਏ ਨਾ ਤਾਂ ਵਾਇਰੈਂਟ ਪਬਲਿਕ ਸਰਵੇ ਕਮਿਸ਼ਨ ਇੱਕ ਇੱਧਰ ਇੱਕ ਉੱਧਰ ਕਿਉਂ ਨਹੀਂ ਹੋਏਗਾ ਵਾਇਰੈਂਟ ਸਰਵੇ ਸਿਲੈਕਸ਼ਨ ਬੋਰਡ ਵਨ ਫਾਰ ਜੰਮੂ ਵਨ ਫਾਰ ਕਸ਼ਮੀਰ ਕਿਉਂ ਨਹੀਂ ਹੋਏਗਾ ਸਾਰੀ ਚੀਜ਼ਾਂ ਡਿਵੀਜ਼ਨ ਅਗਰ ਡਾਇਰੈਕਸ਼ਨ ਆਫਿਸ ਦੋ ਹੋਣ ਤਾਂ ਇਹ ਮਤਲਬ ਹੈ ਕਿ ਅਸੀਂ ਜੰਮੂ ਦੇ ਬੱਚੇ ਦੀ ਨੌਕਰੀਆਂ ਖਾਣ ਵਾਸਤੇ ਇਹ ਬਰਦਾਸ਼ਤ ਨਹੀਂ ਸਕਦਾ ਜੰਮੂ ਦੇ ਬੱਚੇ ਤਮਾਮ ਬਰਬਾਦ ਕੀਤੇ ਕਸ਼ਮੀਰ ਦੇ ਹੁਕਮਰਾਨੇ ਸਵਾਏ ਜੰਮੂ ਦੀ ਸ਼ਰਾਬਾਂ ਦੇ ਠੇਕੇ ਕਰ ਨਹੀਂ ਦਿੱਤਾ 800 ਠੇਕਾ ਸ਼ਰਾਬ ਦੇ ਦਿੱਤਾ ਟੂਰਿਜ਼ਮ ਆਪਣੇ ਬਣਾਇਆ ਆਪਣੇ ਦੋ ਠੇਕੇ ਖੋਲ੍ਹੇ ਵੀ ਨਹੀਂ ਖੋਲ੍ਹੇ ਆਪ ਦਿਸ ਏ ਪੋਜੀਸ਼ਨ ਆਫ ਦਿਸ ਔਰ ਇੰਨੀ ਬੁਰੀ ਹਾਲਤ ਕੀਤੀ ਇਸ ਪ੍ਰੋਵਿੰਸ ਦੀ ਮੈਂ ਜੰਮੂ ਦੇ ਬੱਚੇ ਹੀ ਕਰਾਉਣਾ ਚਾਹੁੰਦਾ ਇਹ ਜਿਹੜਾ ਇਹਦਾ ਇਸ਼ੂ ਹੈ ਸਾਡੀ ਜਨਰੇਸ਼ਨ ਕੀ ਬਰਬਾਦ ਕਰਨਾ ਜਨਰੇਸ਼ਨ ਦਾ ਜਵਾਬ ਦੇ ਹੈ ਇਹ ਠੇਕੇ ਖਾਲੀ ਰਹਿਣ ਕੋਈ ਵੀ ਸ਼ਰਾਬ ਨਹੀਂ ਪੀਏ ਆਪਣੇ ਆਪ ਕੀ ਸੰਭਾਲੋ ਔਰ ਇਹਨਾਂ ਨੇ ਫਾਈਟ ਕਰੋ ਔਰ ਆਪਣੇ ਅਧਿਕਾਰੀ ਵਾਸਤੇ ਚਲੋ ਮੇਰੀ ਅਪੀਲ ਹੈ ਸਾਰੇ ਬੱਚਿਆਂ ਕੇ ਡੋਂਟ ਇਸ ਤਰੀਕੇ ਦੀ ਬਿਮਾਰੀ ਲਾਓ ਕਿਉਂਕਿ ਇੱਕ ਸਾਜਿਸ਼ ਹੈ ਸਮਾਰਟ ਬੱਚੇ ਸੁੰਦਰ ਬੱਚੇ ਬਹਾਦਰ ਬੱਚੇ ਜਾਂ ਸਮਾਰਟ ਜਨਰੇਸ਼ਨ ਔਰ ਇਹ ਜਨਰੇਸ਼ਨ ਜਿਹਦਾ ਜਿਸੇ ਅੰਗਰੇਜ਼ਾਂ ਵੀ ਮੰਨਿਆ ਅਗਰ ਦੁਨੀਆਂ ਦੇ ਅੰਦਰ ਕੋਈ ਜੰਗ ਲੜਨ ਵਾਲੀ ਹੈ ਵਾਰੀਅਰ ਹੈ ਜਿੱਤਣੇ ਵਾਲੇ ਉਹ ਡੋਗਰਾਸ ਡੋਗਰਾ ਕਾਸਟ ਨਹੀਂ ਫਿਰ ਦੁਬਾਰਾ ਆਖਣਾ ਚਾਹੁੰਦਾ ਕੋਈ ਰਿਲੀਜਨ ਨਹੀਂ ਆਲ ਆਰ ਡੋਗਰਾ ਐਕਸਕਲੂਡਿੰਗ ਕਸ਼ਮੀਰੀ ਉਹ ਡੋਗਰਾ ਨਹੀਂ ਹੁੰਦੇ ਹੁਣ ਜਿਹੜੇ ਕਸ਼ਮੀਰੀ ਪੰਤਾਂ ਇਹਨਾਂ ਵੀ ਜਿਹੜੇ ਡੋਗਰੇ ਹੁਣ ਬਣੀ ਗਏ ਇਹਦੇ ਨਾਲ ਆਸ ਆਸ ਹੋ ਜਾਣ ਲੇਕਿਨ ਇਹ ਬੇਸਿਕਲੀ ਸਾਰੇ ਛੋੜੀਏ ਕਸ਼ਮੀਰੀ ਪੰਡਤ ਔਰ ਕਸ਼ਮੀਰੀ ਮੁਸਲਿਮ ਜੋ ਵੀ ਹੈ ਜਿਹੜਾ ਉਹਨੇ ਵੀ ਇਹ ਅਧਿਕਾਰ ਨਹੀਂ ਥਾ ਇਸ ਕਰੀ ਨਹੀਂ ਥਾ ਕਿਉਂਕਿ ਉਹ ਲੜਾਈ ਜੰਗ 'ਚ ਨਹੀਂ ਜਾਂਦੇ ਲੜਦੇ ਨਹੀਂ ਹੁਣ ਜ਼ਰੂਰ ਪੱਥਰ ਮਾਰ ਦੇਣ ਕੋਈ ਸ਼ੱਕ ਨਹੀਂ ਹੈ ਹੁਣ ਥੋੜ੍ਹੇ ਥੋੜ੍ਹੇ ਬਹਾਦਰ ਹੋਏ ਨੇ ਲੜਨੇ ਲੁੜਨੇ ਹੋਏ ਨਾ ਉਹ ਵੀ ਕੋਹਦੇ ਖਿਲਾਫ ਮੁਲਕ ਦੇ ਖਿਲਾਫ ਦੇਸ਼ ਦੇ ਝੰਡੇ ਦੇ ਖਿਲਾਫ ਆਪਣੀ ਕੋਈ ਆਜ਼ਾਦੀ ਦੇ ਅੱਖ 'ਚ ਕੋਈ ਕੁਛ ਤਰੀਕੇ ਨੇ ਇਸ ਤਰੀਕੇ ਨੇ ਇਕੱਠੇ ਹੋਏ ਇਸ ਕਰੀ ਮੈਂ ਜਨਾਬ ਸਾਰੇ ਗਲਾਂ ਸਾਰੇ ਲੋਕ ਸਾਰੀ ਦੁਨੀਆ ਮੈਂ ਆਖਣਾ ਜੰਗ ਸਹਿਯੋਗ ਕਰੋ ਔਰ ਜਿਹੜੇ ਲੋਕ ਨੰਗੇ ਹੁੰਦੇ ਜਾ ਰਹੇ ਔਰ ਨੰਗੇ ਕਰੋ ਜਿਹੜੇ ਲੋਕ ਖਰਾਬ ਹੁੰਦੇ ਜਾ ਰਹੇ ਉਹਨੇ ਔਰ ਖਰਾਬ ਕਰੋ ਤਾਂ ਕਿ ਜੰਮੂ ਆਪਣਾ ਯੂਨਾਈਟ ਰਵੇ ਏਕਤਾ ਰਵੇ ਭਾਈਚਾਰਾ ਰਵੇ ਔਰ ਡੋਗਰੇ ਹਮੇਸ਼ਾ ਬੜੇ ਤਰੀਕੇ ਨੇ ਜੁੜਨ ਔਰ ਜੁੜੀਏ ਔਰ ਤੁਸੀਂ ਵੀ ਮਾਰ ਦੇਣਾ ਚਾਹੁੰਦਾ ਸਾਰਿਆਂ ਨਾਲ ਬਾਅਦ ਸਰਪੰਚ ਸਾਰੇ ਜੀਤਾ ਇਸ ਵਾਰੀ ਜੰਮੂ ਦੇ ਅੰਦਰ ਸਾਰਿਆਂ ਨਾਲ ਬਾਅਦ ਸਰਪੰਚ ਸਾਰੇ ਹੁਣ ਆਪਣੇ 5 ਨਿਕਾਤੀ ਪ੍ਰੋਗਰਾਮ ਲੋਕ ਇਲੈਕਸ਼ਨ ਲੜਾ ਦੇਣ ਸਾਰੇ ਬਹੁਤ ਅੱਛੀ ਗੱਲ ਹੈ ਲੋਕਾਂ ਦੀ ਸਮਝ ਆ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਆਉਣ ਵਾਲਾ ਸਮੇਂ ਜਿਹੜਾ ਜੰਮੂ ਦੇ ਲੋਕਾਂ ਦਾ ਹੋ ਜੰਮੂ ਦੇ ਡੋਗਰਿਆਂ ਦਾ ਹੋ ਔਰ ਜੰਮੂ ਦੇ ਡੋਗਰੇ ਹਮੇਸ਼ਾ ਆਸਾ ਆਸਾ ਕੇ ਬੰਨ੍ਹਣੇ ਅਸੀਂ ਥੋਬੇ ਲਾਉਣੇ ਅਸੀਂ ਆਸਾ ਆਸਾ ਮਨ ਥੋਬਾ ਦੂਆ ਥੋਬਾ ਤ੍ਰੀਆ ਥੋਬਾ ਸੁਣਾਇਆ ਇੱਕ ਵਾਰੀ ਮੈਂ ਤੁਹਾਨੂੰ ਭਈ ਮੇਰੀ ਮਾਂ ਆਖਦੀ ਲਵਾਉਂਦੀ ਕੱਚੀਆਂ ਕੰਧਾਂ ਹੁੰਦੀਆਂ ਨਹੀਂ ਉਹਨੂੰ ਮੈਂ ਬੋਬੋ ਇਹ ਥੋਬੇ ਤੋਂ ਅਜੇ ਲਵਾਉਣੀ ਕਹਾਣੀ ਬਣਾਈਏ ਤੁਸੀਂ ਸਾਡੇ ਨਾਲ ਕਿੱਥੇ ਲਾ ਲਿਆ ਮੈਂ ਕੱਲ੍ਹ ਵੀ ਤੁਹਾਨੂੰ ਫਸਾਇਆ ਰੱਖਣਾ ਪਰਸੋਂ ਆ ਪੁੱਤਰ ਇਹ 8 ਹੀ ਲੈਂਦੇ ਫਿਰ 8 ਤਾਂ ਫਿਰ ਹੀ ਉੱਪਰ ਲੱਗਣਾ ਦੂਆ ਇਸ ਕਰੀ ਥੋਬਾ ਮੇਰਾ 8 ਦਾ ਆ ਹੁਣ 8 ਜਾਣ ਦਾ ਹਾਸਾ ਲੱਗੀ ਆ ਰਹੇ ਤਾਂ ਕਿ ਚਲੀ ਜਾਣੇ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਹੁਣ ਜਿਹਨਾਂ